ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਅੱਜ ਕੱਲ੍ਹ ਚੋਣ ਪ੍ਰਚਾਰ ਹਰ ਪਾਸੇ ਜ਼ੋਰਾਂ 'ਤੇ ਚੱਲ ਰਿਹਾ। 2019 ਦੀਆਂ ਚੋਣਾਂ 'ਤੇ ਚੱਲਦਿਆਂ ਹਰ ਸਿਆਸੀ ਧਿਰ ਆਪਣੇ ਵੱਲੋਂ ਹਰ ਹੱਥਕੰਡਾ ਅਪਣਾਉਣ ਦੇ ਵਿੱਚ ਲੱਗੀ ਹੋਈ ਹੈ। ਅਗਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ, ਤਾਂ ਆਮ ਆਦਮੀ ਪਾਰਟੀ ਵੱਲੋਂ ਅੱਜ ਕੱਲ੍ਹ ਆਮ ਲੋਕਾਂ ਨੂੰ ਕਾਲਸ ਜਾ ਰਹੀਆਂ ਅਤੇ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਉਹ ਕਿਸ ਨੂੰ ਵੋਟ ਪਾਉਣਗੇ, ਕਿਹੜੀ ਪਾਰਟੀ ਉਹਨਾਂ ਦੀ ਪਸੰਦੀਦਾ ਪਾਰਟੀ ਹੈ। ਅਤੇ ਹਾਲ ਹੀ ਦੇ ਵਿੱਚ ਸੰਗਰੂਰ ਤੋਂ ਸਿੱਖ ਚਿੰਤਕ ਕਰਮਜੀਤ ਸਿੰਘ ਨੂੰ ਵੀ ਆਮ ਆਦਮੀ ਪਾਰਟੀ ਵੱਲੋਂ ਫੋਨ ਆਇਆ ਅਤੇ ਜਦੋਂ ਕਰਮਜੀਤ ਸਿੰਘ ਨੇ ਕੁਝ ਸਵਾਲ ਪੁੱਛੇ ਮੁੜ ਕਾਲ ਕਰਨ ਵਾਲੀ ਬੀਬੀ ਸ਼ਿਵਾਨੀ ਤੋਂ, ਤਾਂ ਉਹਨਾਂ ਕੋਲ ਜਵਾਬ ਦਿੰਦਿਆਂ ਨਹੀਂ ਬਣਦਾ ਸੀ। ਹਾਰ ਕੇ ਬੀਬੀ ਨੇ ਵੀ ਇਹੀ ਗੱਲ ਕਹੀ ਕਿ ਪਾਰਟੀ ਨੇ ਕੀ ਕੀਤਾ ਕੀ ਨਹੀਂ ਕੀਤਾ ਉਹਨਾਂ ਨੂੰ ਆਪ ਨਹੀਂ ਪਤਾ। ਆਓ ਪਹਿਲਾਂ ਪੂਰੀ ਫੋਨ ਕਾਲ ਸੁਣਦੇ ਹਾਂ, ਉਸ ਤੋਂ ਬਾਅਦ ਬਾਕੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਮੈਂ ਆਮ ਆਦਮੀ ਪਾਰਟੀ ਦੀ ਤਰਫ ਤੋਂ ਸ਼ਿਵਾਨੀ ਗੱਲ ਕਰ ਰਹੀ ਹਾਂ। ਕੀ ਤੁਸੀਂ ਕਮਲਜੀਤ ਸਿੰਘ ਜੀ ਗੱਲ ਕਰ ਰਹੇ ਹੋ ਸਰ? ਜੀ 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 ਸਰ, ਮੈਂ ਕੀ ਤੁਹਾਡੇ 2 ਮਿੰਟ ਲੈ ਸਕਦੀ ਹਾਂ ਸਰ? ਹਾਂਜੀ ਬੇਟਾ ਜੀ, ਲੈ ਸਕਦੇ ਹਾਂ, ਪਰ ਤੁਸੀਂ ਕਿੱਥੇ ਬੋਲ ਰਹੇ ਹੋ ਦੱਸੋ ਪਹਿਲਾਂ। ਸਰ, ਆਪਾਂ ਚੰਡੀਗੜ੍ਹ 39 ਸੈਕਟਰ ਤੋਂ ਗੱਲ ਕਰ ਰਹੇ ਹਾਂ ਸਰ। ਆਪ ਵਾਲਿਆਂ ਦੀ ਜਿਹੜੀ ਪ੍ਰਮੋਸ਼ਨ ਦੇ ਵਿੱਚ ਉਹਦੇ ਵਿੱਚ ਆਈ ਟੀ ਸੈੱਲ ਹੈ ਨਾ? ਹਾਂਜੀ ਹਾਂਜੀ ਸਰ। ਹਾਂਜੀ ਹਾਂਜੀ ਜੀ ਸਰ, ਪੁੱਛਣਾ ਚਾਹੂੰਗੀ ਕਿ ਜਿਵੇਂ ਕਿ ਇਸ ਵਾਰੀ ਇਲੈਕਸ਼ਨ ਆ ਰਹੇ ਨੇ, ਤਾਂ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਕਰਨ ਦਾ ਮਨ ਬਣਾ ਰਹੇ ਹੋ ਸਰ? ਪਾਰਟੀ ਤਾਂ ਬੇਟਾ ਜੀ, ਜੇ ਪਾਰਟੀ ਦੇਖਣੀ ਹੋਵੇ ਫਿਰ ਤਾਂ ਮੋਦੀਆਂ ਦੇ ਆਧਾਰ ਤੇ ਵੋਟ ਹੁੰਦੀ ਹੈ। ਹਾਂਜੀ ਸਰ। ਤੇ ਆਪਾਂ ਜੇ ਸਟੇਟ ਦਾ ਦੇਖੀਏ, ਆਪਣੀ ਦਾ ਪੱਖ, ਹਾਂਜੀ ਸਟੇਟ ਦੇ ਹੱਕ ਤਾਂ ਕੋਈ ਵੀ ਪਾਰਟੀ ਹੈ ਨਹੀਂ ਇਸ ਟਾਈਮ ਸਟੈਂਡ ਕਰਦੀ, ਸਾਰੇ ਆਪਣੀ ਆਪਣੀ ਨਿੱਜੀ ਖੁਦ ਗਰਜਨ ਪਏ ਹੋਏ ਨੇ। ਹਾਂਜੀ ਹਾਂਜੀ ਸਰ। ਹਾਂਜੀ ਜੀ ਸਰ, ਤੁਹਾਨੂੰ ਦੱਸਣਾ ਚਾਹੂੰਗੀ ਜਿਵੇਂ ਕਿ ਕੈਪਟਨ ਸਾਹਿਬ ਜੀ ਨੇ ਵਾਅਦਾ ਕੀਤਾ ਸੀਗਾ ਹਰ ਇੱਕ ਘਰ ਦੇ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਏਗੀ, ਤੇ ਕੀ ਤੁਹਾਡੇ ਘਰ 'ਚ ਕਿਸੇ ਨੂੰ ਨੌਕਰੀ ਮਿਲੀ ਹੈ ਸਰ? ਉਹ ਬੇਟਾ ਜੀ, ਕੈਪਟਨ ਦੀ ਛੱਡੋ, ਬਾਦਲ ਦੀ ਛੱਡੋ, ਜਿਹੜੀਆਂ ਵਿਰੋਧੀ ਪਾਰਟੀਆਂ ਸੀਗੀਆਂ ਜਿਹੜੀਆਂ ਕਹਿੰਦੇ ਸੀਗੀਆਂ ਕਿ ਅਸੀਂ ਕੁਛ ਬਦਲ ਦੇਵਾਂਗੇ, ਚਾਹੇ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਹੀ ਸੀਗਾ ਤੇ ਉਹਨੇ ਨਸ਼ੇ ਦੇ ਸੰਬੰਧ ਵਿੱਚ ਬਹੁਤ ਵੱਡਾ ਉਹਨਾਂ ਨੇ ਪ੍ਰੋਪੋਗੰਡਾ ਕੀਤਾ ਸੀਗਾ ਕਿ ਅਸੀਂ ਮਜੀਠੀਆਂ ਨੂੰ ਫੜ ਕੇ ਅੰਦਰ ਸੁੱਟ ਦਾਂਗੇ ਜੀ, ਤੇ ਲੋਕਾਂ ਨੇ ਤਾਂ ਫਿਰ ਵੀ ਬਹੁਤ ਉਹਨਾਂ ਦਾ ਸਾਥ ਦਿੱਤਾ ਹੈਗਾ, ਵਿਰੋਧੀ ਧਿਰ ਦੇ ਵਿੱਚ ਉਹਨਾਂ ਨੂੰ ਲਿਆ ਕੇ ਖੜਾ ਕਰ ਦਿੱਤਾ ਹੈਗਾ। ਉਸ ਨੇ ਤਾਂ ਕੈਪਟਨ ਹੋਇਆ, ਬਾਦਲ ਹੋਇਆ, ਪਾਰਟੀ ਹੈਗੀ ਹੈ, ਇਹਨਾਂ ਲੋਕਾਂ ਨੂੰ ਸਭ ਕੁਝ ਕਿਤੇ ਨਾ ਕਰੀਏ। ਹਾਂਜੀ ਹਾਂਜੀ ਸਰ। ਇਹ ਜਿਹੜਾ ਕੇਜਰੀਵਾਲ ਹੈਗਾ, ਇਹਦਾ ਸਟੈਂਡ ਕੀ ਸੀਗਾ? ਇਹ ਉਸੀ ਮਤਲਬ ਮਜੀਠੀਆ ਤੋਂ ਮਾਫੀ ਮੰਗ ਕੇ ਇਹ ਪਰਾਂ ਹੋ ਗਿਆ ਆਪਣੀਆਂ ਲਾ ਕੇ, ਇਹ ਕਿ ਮੈਂ ਬਿਜ਼ੀ ਰਹਿੰਦਾ ਹੈਗਾ, ਪਤਾ ਨਹੀਂ ਕੀ ਕੀ ਹੈਗਾ, ਪਰ ਇਹ ਤਾਂ ਕੋਈ ਸਾਰੇ ਲੋਕ ਇੱਕੋ ਤਰ੍ਹਾਂ ਦੀ ਨਹੀਂ ਕਰਦਾਰ ਇਹਨਾਂ ਦਾ। ਹਾਂਜੀ 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 ਜੀ ਸਰ, ਮੈਂ ਸਮਝ ਰਹੀ ਹਾਂ। ਉਹ ਥੋੜਾ ਇਹ ਸੀਗਾ ਕਿ ਜਦੋਂ ਪਾਰਟੀ ਨਵੀਂ ਨਵੀਂ ਆਈ ਸੀਗੀ ਤਾਂ ਥੋੜਾ ਪ੍ਰੋਬਲਮ ਕਰਕੇ ਸਰ ਇਹਨਾਂ ਦੇ ਮਤਲਬ ਜਿਵੇਂ ਕਿ ਪਾਰਟੀ ਦੇ ਵਿੱਚ ਵੀ ਥੋੜੀ ਇਕਮਿਕ ਨਹੀਂ ਸੀਗੀ ਤੇ ਉਹਦੇ ਕਰਕੇ ਥੋੜਾ ਇਹਨਾਂ ਦੇ ਵਿੱਚ ਥੋੜੀ ਪ੍ਰੋਬਲਮ ਆ ਗਈ ਸੀਗੀ। ਕੀ ਪ੍ਰੋਬਲਮ ਆ ਗਈ ਸੀ ਪੁੱਤਰ? ਸਰ ਜਿਵੇਂ ਕਿ ਮਤਲਬ ਹੁਣ ਹੁੰਦਾ ਨਾ ਕਿ ਸਰ ਜਿਵੇਂ ਕਿ ਸਾਰੇ ਫੈਮਿਲੀ ਵਾਲੇ ਇਕੱਠੇ ਹੋਣ ਤੇ ਫਿਰ ਉਹ ਕਿਸੇ ਵੀ ਚੀਜ਼ ਨਾਲ ਲੜ ਸਕਦੇ ਆ, ਤੇ ਉਹ ਜਦੋਂ ਪਾਰਟੀ ਨਿਊ ਸੀਗੀ ਆਮ ਆਦਮੀ ਪਾਰਟੀ ਉਦੋਂ ਇਹ ਸੀਗਾ ਕਿ ਵਿੱਚ ਥੋੜੇ ਲੋਕ ਇਹੋ ਜਿਹੇ ਸੀਗੇ ਜਿਹੜੇ ਭ੍ਰਿਸ਼ਟਾਚਾਰੀ ਸੀਗੇ ਜੋ ਕਿ ਇਹ ਆਮ ਆਦਮੀ ਪਾਰਟੀ ਨਾਲ ਇਕੱਠੇ ਨਹੀਂ ਰਹਿ ਸਕੇ ਸਰ, ਇਸ ਕਰਕੇ ਉਹਨਾਂ ਨੂੰ ਸਰ ਆਮ ਆਦਮੀ ਪਾਰਟੀ ਦੇ ਮੈਂਬਰ ਸਰ ਕੌਣ ਬੱਚੇ ਕੌਣ ਨਾਮ ਤਾਂ ਦੱਸੋ ਨਾ, ਕਿਹੜਾ ਨਹੀਂ ਰਹਿ ਸਕਦਾ ਨਾਲ? ਸਰ ਐਕਚੁਅਲੀ ਨਾਮ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਇਦਾਂ ਨਹੀਂ ਹੈ। ਮੇਰੀ ਗੱਲ ਸੁਣੋ, ਜੇ ਤਾਂ ਤੁਸੀਂ ਪੰਜਾਬ ਦਾ ਹਿੱਤ ਰੱਖ ਕੇ ਗੱਲ ਕਰ ਰਹੇ ਹੋ, ਹਾਂਜੀ, ਫਿਰ ਤਾਂ ਸਾਨੂੰ ਪੂਰੀ ਟ੍ਰਾਂਸਪੇਰੈਂਸੀ ਨਾਲ ਗੱਲ ਕਰਨੀ ਚਾਹੀਦੀ ਹੈਗੀ ਆ। ਹਾਂਜੀ ਹਾਂਜੀ ਸਰ। ਜੇ ਤੁਹਾਨੂੰ ਆਪਾਂ ਨੂੰ ਖੁਦ ਨਹੀਂ ਪਤਾ ਹੈਗਾ, ਸਿਰਫ ਤੁਹਾਡਾ ਵਰਕ ਫੋਨ ਕਰਨ ਤੱਕ ਮਤਲਬ ਹੈਗਾ, ਫਿਰ ਦੈਟ ਮੀਨ ਤੁਸੀਂ ਖੁਦ ਕਨਸੈਪਟ ਤੁਹਾਨੂੰ ਕਲੀਅਰ ਨਹੀਂ ਹੈਗਾ, ਫਿਰ ਤੁਸੀਂ ਮੈਨੂੰ ਕੀ ਸਮਝਾਉਂਗੇ?
ਜੀ ਨਹੀਂ, ਗੱਲ ਸਰ ਉਹ ਨਹੀਂ ਹੈਗੀ ਕਿ ਸਾਨੂੰ ਨੌਲੇਜ ਨਹੀਂ ਹੈਗੀ ਆ। ਕੌਣ ਕਿਹਦੀ ਗੱਲ ਕਰ ਰਹੇ ਹੋ, ਨਾਮ ਲਓ। ਸਰ ਸਾਨੂੰ ਬਸ ਇੰਨਾ ਦੱਸਿਆ ਕਿ ਆਪਾਂ ਕਿਸੇ ਬਾਰੇ ਦੱਸ ਨਹੀਂ ਸਕਦੇ, ਜਿਸ ਸਾਨੂੰ ਇੰਨਾ ਦੱਸਿਆ ਗਿਆ ਕਿ ਉਹਨਾਂ ਦੇ ਮਤਲਬ ਆਪਸੀ ਥੋੜੇ ਪ੍ਰੋਬਲਮ ਹੋਣ ਕਰਕੇ, ਇਸ ਕਰਕੇ ਮਤਲਬ ਜਿਵੇਂ ਕਿ ਬਾਹਰ ਦੇ ਲੋਕਾਂ ਦੇ ਸ਼ਾਇਦ ਉਹ ਗੱਲਾਂ ਦੀ ਵਿੱਚ ਆ ਕੇ ਉਹਨਾਂ ਨੇ ਸਰ ਆਪਣੀ ਪਾਰਟੀ 'ਚ ਥੋੜਾ ਉਹਨਾਂ ਦਾ ਉਹ ਮਿਸਅੰਡਰਸਟੈਂਡਿੰਗ ਹੋ ਗਈ ਹੋਈ ਸੀਗੀ ਸਰ। ਨਹੀਂ, ਜਿਹੜੇ ਜਿਹੜੇ ਹੋਣ ਵਿੱਚ ਹੈਗੇ ਆ ਉਹਨਾਂ ਦੀ ਅੰਡਰਸਟੈਂਡਿੰਗ ਹੈਗੀ ਆ ਸਰ? ਹਾਂਜੀ, ਤਾਂਹੀਓ ਤਾਂ ਮੈਂ ਤੁਹਾਨੂੰ ਤਾਂਹੀਓ ਮੈਂ ਦੱਸਣਾ ਚਾਹੂੰਗੀ ਕਿ ਜਿਵੇਂ ਹੁਣ ਆਮ ਆਦਮੀ ਪਾਰਟੀ ਹੈਗੀ ਆ, ਉਹਨਾਂ ਹੁਣ ਉਹਨਾਂ ਦੇ ਪਾਰਟੀ ਦੇ ਵਿੱਚ ਜਿਹੜੀ ਇੱਕ ਮਿਕ ਹੈਗੀ ਹੈ, ਇਸ ਕਰਕੇ ਉਹ ਉਹਨਾਂ ਨੇ ਦਿੱਲੀ 'ਚ ਵੀ ਕਾਫੀ ਡਿਵੈਲਪਮੈਂਟ ਲੈਂਦਾ ਹੈਗਾ ਵਾ। ਤੇ ਅਗਰ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਅਗਰ ਆਪਾਂ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਨੂੰ ਇਸ ਵਾਰੀ ਵੋਟ ਦਈਏ, ਤੇ ਹੋ ਸਕਦਾ ਕਿ ਪੰਜਾਬ 'ਚ ਵੀ ਇਸ ਵਾਰੀ ਸੁਧਾਰ ਆਵੇ ਸਰ। ਕਿਹੜੇ 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 ਮਤਲਬ ਉਹਦੇ ਤੇ ਬੇਸ ਤੇ ਆਪਾਂ ਵੋਟਿੰਗ ਕਰੀਏ ਆਮ ਆਦਮੀ ਪਾਰਟੀ ਨੂੰ, ਜਦੋਂ ਇਹਨਾਂ ਦੀ ਲੀਡਰਸ਼ਿਪ ਦਾ ਜਿਹੜਾ ਕਰੈਕਟਰ ਨਹੀਂ ਹੈਗਾ, ਕੋਈ ਸਟੈਂਡ ਨਹੀਂ ਹੈਗਾ। ਭਗਵੰਤ ਮਾਨ ਹੁਣੇ ਦਾ ਪ੍ਰਧਾਨ ਬਣਾਇਆ ਹੋਇਆ, ਠੀਕ ਹੈ, ਮਤਲਬ ਇੱਕ ਸਟਾਰ ਲੀਡਰ ਹੈਗਾ। ਉਹਨੇ ਚਾਰ ਵਾਰ ਦਾਰੂ ਛੱਡੀ ਹੈ ਤੇ ਚਾਰ ਗੁਣਾ ਕਸਮ ਖਾਧੀ ਹੈ, ਹੁਣ ਉਹਨੇ ਕਦੋਂ ਫਿਰ ਦਾਰੂ ਪੀਣੀ ਸ਼ੁਰੂ ਕਰ ਦੇਣੀ ਹੈਗੀ ਹੈ? ਤੁਸੀਂ ਇਸ ਚੀਜ਼ ਦੀ ਕੀ ਗਰੰਟੀ ਲੈਂਦੇ ਹੋ, ਤੁਹਾਡੀ ਪਾਰਟੀ ਕੀ ਗਰੰਟੀ ਲੈਂਦੀ ਹੈਗੀ? ਹੁਣ ਤਾਂ ਉਹਨੇ ਆਪਣੀ ਮਦਰ ਦੀ ਵੀ ਸਹੁੰ ਖਾ ਲਈ ਸੀਗੀ। ਅਡਿਕਟ ਬੰਦਾ ਹੈਗਾ ਉਹ ਰਿਹਾ ਹੈਗਾ, ਅਸੀਂ ਤਾਂ ਉਹਨਾਂ ਨਾਲ ਫਿਰ ਵੀ ਸਹਿਮਤ ਰਹੇ ਹਾਂ ਵੀ ਚਲੋ ਇਹਨਾਂ ਦਾ ਨਿੱਜੀ ਉਹ ਹੋ ਸਕਦਾ ਬੰਦੇ ਦਾ, ਹੈਨਾ, ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ। ਹਾਂਜੀ, ਬਟ ਸਟਿਲ ਕੋਈ ਬੰਦੇ ਦਾ ਸਟੈਂਡ ਤਾਂ ਹੋਵੇ। ਕੇਜਰੀਵਾਲ ਦਾ ਕੀ ਸਟੈਂਡ ਹੈਗਾ, ਸਿਸੋਦੀਆ ਦਾ ਕੀ ਸਟੈਂਡ ਹੈਗਾ, ਸੰਜੇ ਸਿੰਘ ਦਾ ਕੀ ਸਟੈਂਡ ਰਿਹਾ ਹੈਗਾ, ਕੀ ਨੇ ਐਲੀਗੇਸ਼ਨ ਲੱਗੇ ਇਹਨਾਂ ਦੇ? ਕਿਆ ਪੰਜਾਬ ਦੇ ਲੋਕ ਹੀ ਸਾਰੇ ਝੂਠ ਬੋਲਦੇ ਨੇ, ਇਹੀ ਸੱਚੇ ਨੇ ਲੋਕ? ਕਿੰਨੀਆਂ ਲੇਡੀਜ਼ ਨੇ ਇਹਨਾਂ ਤੇ ਜਿਨਸੀ ਸ਼ੋਸ਼ਣ ਦਾ ਲਾਇਆ ਸੀਗਾ ਦੋਸ਼, ਅਸੀਂ ਨਹੀਂ ਮੰਨੇ ਵੀ ਪ੍ਰੋਪੋਗੰਡਾ ਹੋ ਸਕਦਾ। ਪੈਸੇ ਲੈਣ ਦੀ ਗੱਲ ਕੀਤੀ, ਅਸੀਂ ਨਹੀਂ ਮੰਨੇ ਪ੍ਰੋਪੋਗੰਡਾ ਹੋ ਸਕਦਾ, ਬਟ ਜਦੋਂ ਇਹਨਾਂ ਸੌਰੀ ਫੀਲ ਕਰ ਲਈ ਆਫਟਰ ਇਲੈਕਸ਼ਨ, ਫਿਰ ਉਹ ਜਿਵੇਂ ਮੋਦੀ ਨੇ ਜੁਮਲਾ ਇੱਕ ਕੀਤਾ ਸੀਗਾ 15 ਲੱਖ ਰੁਪਏ ਵਾਲਾ, ਇਵੇਂ ਇਹਨੇ ਉਹਨੂੰ ਅੰਦਰ ਅੰਦਰ ਡੱਕਣ ਦਾ ਇਹਨਾਂ ਜੁਮਲਾ ਜੁਮਲਾ ਸੀਗਾ ਇਹਦਾ ਵੀ ਤਾਂ ਫਿਰ ਜੀਠੇ ਨੂੰ ਬੰਦਾ ਫੇਸ ਕਰੇ। ਜੇ ਕੋਈ ਗੱਲ ਸੱਚਾਈ ਸੀਗੀ, ਜੇ ਕਿਸੇ ਦੋਸ਼ ਲਾ ਰਹੇ ਹੈਗੇ ਆ, ਜੇ ਸੱਚਾਈ ਸੀਗੀ ਤਾਂ ਦੋਸ਼ ਲਾਓ, ਝੂਠਾ ਦੋਸ਼ ਕਿਉਂ ਲਾਇਆ ਸੀਗਾ ਜੇ ਮਾਫ਼ੀ ਮੰਗ ਕੇ ਤੁਸੀਂ ਸਾਬਤ ਕੀਤਾ? ਜੇ ਸੱਚਾ ਸੀਗਾ ਫਿਰ ਮਾਫ਼ੀ ਕਿਉਂ ਮੰਗੀ? ਜੇ ਸਪੁੱਤਰਾ ਜਿਸ ਜਿਸ ਬੰਦੇ ਦਾ ਕੋਈ ਆਪਣਾ ਕੈਰੇਕਟਰ ਨਾ ਹੋਵੇ, ਆਪਣਾ ਸਟੈਂਡ ਨਾ ਹੋਵੇ, ਉਹ ਸਮਾਜ ਨੂੰ ਕੁਛ ਨਹੀਂ ਦੇ ਸਕਦਾ। ਉਹ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਕੁਰਸੀ ਵਾਸਤੇ ਕੁਛ ਵੀ ਕਰ ਸਕਦਾ ਹੈਗਾ। ਇੱਦਾਂ ਦੇ ਲੋਕਾਂ ਦੀ ਨਾ ਆਈ ਸੈੱਲ ਦਾ ਵਰਕਰ ਬਣਨ ਦੀ ਲੋੜ ਹੈ, ਕੋਈ ਹੋਰ ਕੰਮ ਕਰ ਲੈ, ਤੇ ਨਾ ਇਹਨਾਂ ਲੋਕਾਂ ਤੇ ਕਦੇ ਆ ਸਕੋ। ਕੋਈ ਵੀ ਪਾਰਟੀ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਦੇ ਹਿੱਤ ਵਿੱਚ ਨਹੀਂ ਵਿਚਰ ਰਹੀ ਹੈਗੀ ਹੈ, ਇਹਨਾਂ ਦੀਆਂ ਆਪਣੀਆਂ ਕੁਰਸੀਆਂ ਦੇ ਪੰਗੇ ਹੁੰਦੇ ਨੇ। ਜਦੋਂ ਕੁਰਸੀ ਸਥਾਪਿਤ ਹੈਗੀ ਹੈ, ਚਾਹੇ ਉਹ ਜਿਹੜਾ ਮਰਜ਼ੀ ਹੋਵੇ, ਉਹ ਤਾਂ ਕਿ ਠੀਕ ਗੱਲਾਂ ਕਰਦੇ ਨੇ, ਨਹੀਂ ਐਲੀਗੇਸ਼ਨ ਲਾਉਣ ਲੱਗ ਪੈਂਦੇ ਨੇ ਇੱਕ ਦੂਸਰੇ ਤੇ। ਇਹਨਾਂ ਲੋਕਾਂ ਦਾ ਕੋਈ ਕੈਰੇਕਟਰ ਨਹੀਂ ਹੈ, ਜੇ ਇਹਨਾਂ ਦਾ ਕੈਰੇਕਟਰ ਹੋਵੇ ਤਾਂ ਸਮਾਜ ਦੀ ਦੁਰਦਸ਼ਾ ਨਾ ਹੁੰਦੀ ਹੁਣ ਤੱਕ। ਮੈਂ ਕਿਸੇ ਵੀ ਪਾਰਟੀ ਨੂੰ ਨਹੀਂ ਕਹਿ ਰਿਹਾ ਵੀ ਫਲਾਣਾ ਸਹੀ ਹੈਗਾ, ਹਾਂਜੀ ਹਾਂਜੀ ਸਰ, ਹਰ ਇੱਕ ਪਾਰਟੀ ਜੀ ਸਰ, ਹਾਂ ਜੀ ਸਰ, ਕੋਈ ਗੱਲ ਨਹੀਂ ਸਰ, ਬਾਕੀ ਆਪਾਂ ਤੁਹਾਨੂੰ ਫੋਰਸ ਨਹੀਂ ਕਰਾਂਗੇ, ਤੁਹਾਨੂੰ ਇਹੀ ਕਹਾਂਗੇ ਸਰ, ਤੁਸੀਂ ਜਿਸ ਵੀ ਪਾਰਟੀ ਨੂੰ ਵੋਟ ਦੋਗੇ ਸਰ, ਤੁਸੀਂ ਉਸ ਪਾਰਟੀ ਨੂੰ ਵੋਟ ਦਿਓ ਜੋ ਕਿ ਪੰਜਾਬ ਦੇ ਹਿੱਤ ਬਾਰੇ ਸੋਚੇ ਸਰ। ਨਹੀਂ ਪੁੱਤਰਾ, ਜੇ ਮੈਂ ਮਤਲਬ ਤੇਰੇ ਕਹਿ ਤੇ ਮੈਂ ਆਪ ਨੂੰ ਵੀ ਮੈਂ ਵੋਟ ਕਰਦਾ ਹਾਂ, ਮੈਨੂੰ ਇੱਕ ਰੀਜ਼ਨ ਤਾਂ ਦੱਸਣਾ ਸਟਰੋਂਗ ਵੀ ਇਸ ਕਰਕੇ ਤੁਸੀਂ ਦੇ ਦਿਓ ਜੀ ਆਮ ਆਦਮੀ ਪਾਰਟੀ ਨੂੰ ਵੋਟ, ਮੈਨੂੰ ਇੱਕ ਦੇ ਦੇ, ਜ਼ਿਆਦਾ ਨਹੀਂ ਮੰਗਦਾ, ਇੱਕ ਸਟਰੋਂਗ ਰੀਜ਼ਨ ਦੱਸ ਦੇ ਜਿਹਦੇ ਤੇ ਇਹ ਗੱਲ ਹੋਵੇ ਵੀ ਹਾਂ ਜੈਸ ਇਹ ਕਰ ਦੇਣਗੇ, ਉਸ ਚੀਜ਼ ਦੀ ਕੀ ਗਰੰਟੀ ਹੋਊਗੀ? ਦੱਸ ਤੁਹਾਨੂੰ ਕੀ ਇਹਨਾਂ ਨੇ ਕਾਉਂਸਲਿੰਗ ਕੀਤੀ ਹੋਈ ਇਸ ਮਾਮਲੇ 'ਚ, ਕੀ ਐਡਵਾਈਸ ਕੀਤਾ ਸੀ? ਆਹ ਇੱਕ ਕਾਰਨ ਦੱਸ ਦਿਓ ਸਿੰਗਲ, ਲੋਕ ਮੰਨ ਜਾਣਗੇ, ਛੱਡੋ ਬਾਕੀ ਗੱਲਾਂ ਨੂੰ। ਜੀ ਸਰ, ਮੈਂ ਤੁਹਾਨੂੰ ਇਹੀ ਦੱਸਣਾ ਚਾਹਾਂਗੀ ਕਿ ਜਿਵੇਂ ਕਿ ਦਿੱਲੀ ਵਿੱਚ ਮਤਲਬ ਲੋਕਾਂ ਨੇ ਆਪਾਂ ਦਿੱਲੀ ਤੇ ਕੀ ਲੈਣਾ, ਅਸੀਂ ਦਿੱਲੀ ਤੇ ਕੀ ਲੈਣਾ? ਦਿੱਲੀ ਇੱਕ ਅਲੱਗ ਹੈਗੀ ਆ, ਉਹ ਵੀ ਇੰਡੀਪੈਂਡੈਂਟ ਸਟੇਟ ਨਹੀਂ ਹੈਗੀ ਆ, ਅਸੀਂ ਪੰਜਾਬ 'ਚ ਵੱਸਦੇ ਹਾਂ, ਅਸੀਂ ਪੰਜਾਬ ਦਾ ਹਿੱਤ ਦੇਖਣਾ, ਪੰਜਾਬ ਦੇ ਸੰਬੰਧ 'ਚ ਦਿੱਲੀ ਦਾ ਅਸੀਂ ਕੀ ਲੈਣਾ ਹੈਗਾ? ਦਿੱਲੀ ਤਾਂ ਸਾਰੀਆਂ ਪਾਰਟੀਆਂ ਦੇ ਹੈੱਡ ਬੈਠੇ ਨੇ, ਸਾਨੂੰ ਦੇਖੋ ਸਾਡੇ ਪੰਜਾਬ ਵਾਸਤੇ ਕੌਣ ਸੋਚ ਰਿਹਾ? ਕੇਜਰੀਵਾਲ ਸੋਚ ਰਿਹਾ, ਮੋਦੀ ਸੋਚ ਰਿਹਾ, ਕਾਂਗਰਸ ਸੋਚ ਰਹੀ ਹੈ,
ਹੋਰ ਕੋਈ ਬੰਟੂਵਾਲ ਤੋਂ ਕਾਮਰੇਡ ਸੋਚ ਰਹੇ ਨੇ, ਜੇ ਕੋਈ ਸੋਚ ਰਿਹਾ ਹੈਗਾ, ਬੀ ਐਸ ਪੀ ਜੇ ਸੋਚ ਰਹੀ ਹੈਗੀ, ਜਿਹੜਾ ਸੋਚੂਗਾ ਸਾਡੀ ਸਟੇਟ ਦੇ ਅਨੁਸਾਰ, ਸਟੇਟ ਦਾ ਲੀਡਰ ਜਿਹੜਾ ਹੈਗਾ, ਉਸ ਨੂੰ ਅਸੀਂ ਦੇਖਾਂਗੇ ਹੈਗੇ ਆ. ਦਿੱਲੀ ਨੇ ਸਾਡਾ ਕੀ ਲੈਣ ਦੇਣਾ, ਦਿੱਲੀ ਚ ਉਹਨਾਂ ਕੀਤਾ ਹੋਊਗਾ ਪ੍ਰੋਗਰੈਸ, ਉਹਨਾਂ ਡਿਵੈਲਪਮੈਂਟ ਕੀਤੀ ਹੋਊਗੀ, ਤੇ ਦੱਸੋ ਸਾਨੂੰ ਕੀ ਬੈਨੀਫਿਟ ਆ ਉਸ ਚੀਜ਼ ਦਾ, ਜ਼ਿਆਦਾ ਉਹਨਾਂ ਲੋਕਾਂ ਨੂੰ ਹੋਊਗਾ. ਠੀਕ ਆ, ਅੱਛੀ ਗੱਲ ਹੈ ਜੇ ਕੀਤੀ ਹੋਊਗੀ, ਐਪਰੀਸ਼ੀਏਟ ਕਰੋ ਉਸ ਗੱਲ ਨੂੰ ਜਿਹੜਾ ਠੀਕ ਹੈਗੀ ਆ. ਹਾਂਜੀ ਹਾਂਜੀ, ਸਾਨੂੰ ਦੱਸੋ ਨਾ ਉਹਦਾ ਕੀ ਫਾਇਦਾ ਹੈਗਾ. ਤੁਸੀਂ ਪੰਜਾਬ ਦੀ ਗੱਲ ਦੱਸੋ, ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈਗੀ ਆ, ਉਹਨਾਂ ਦੇ ਕੈਰੈਕਟਰ ਦੀ ਗੱਲ ਕਰੋ, ਉਹਨਾਂ ਬਾਰੇ ਦੱਸੋ ਵੀ ਇਹ ਕਿਸ ਆਧਾਰ ਤੇ ਆਪਾਂ ਵੀ ਇਹਨਾਂ ਨੂੰ ਵੋਟ ਕਰ ਦਈਏ. ਮੈਨੂੰ ਇੱਕ ਕਾਰਨ ਦੱਸ ਦੇ, ਦਿੱਲੀ ਵਾਲੀ ਗੱਲ ਨਾ ਕਰ. ਜੀ ਨਹੀਂ ਸਰ, ਇੰਨਾ ਮੈਂ ਕਹਾਂਗੀ ਕਿ ਹਾਲੇ ਪੰਜਾਬ 'ਚ ਕੋਈ ਉਹਨਾਂ ਕਰਕੇ ਕੋਈ ਹਾਲੇ ਤਰੱਕੀ ਨਹੀਂ ਹੋਈ ਆ, ਪਰ ਮੇ ਬੀ ਹੋ ਸਕਦਾ ਕਿ ਅਗਰ ਪੰਜਾਬ 'ਚ ਇਸ ਵਾਰੀ ਇਲੈਕਸ਼ਨ ਹੋਣ ਤੇ ਇੱਕ ਵਾਰੀ ਉਹਨਾਂ ਨੂੰ ਮੌਕਾ ਮਿਲੇ, ਜਿਵੇਂ ਕਿ ਕਾਂਗਰਸ ਸਰਕਾਰ 'ਚ ਅਕਾਲੀ ਦਲ ਨੂੰ ਮਿਲਿਆ ਹੋਇਆ ਸੀਗਾ, ਅਗਰ ਇੱਕ ਵਾਰੀ ਆਮ ਆਦਮੀ ਪਾਰਟੀ ਨੂੰ ਵੀ ਮਿਲੇ ਤੇ ਸ਼ਾਇਦ ਉਹ ਵੀ ਕੁਛ ਕਰਨਗੇ ਸਰ. ਨਹੀਂ ਬੱਚੇ, ਦੇਖੋ ਰਾਜ ਕਰਨ ਨਾਲ ਮੌਕਾ ਨਹੀਂ ਹੁੰਦਾ ਇਕੱਲਾ, ਉਹਨਾਂ ਨੂੰ ਵਿਰੋਧੀ ਧਿਰ ਵੰਡ ਦਾ ਮਾਣ ਹਾਸਲ ਹੋਇਆ. ਇਹ ਕੋਈ ਛੋਟੀ ਗੱਲ ਸੀਗੀ? ਵਿਰੋਧੀ ਧਿਰ ਦੇ ਵਿੱਚ ਉਹਨਾਂ ਜਿਹੜੀ ਕਾਰਗੁਜ਼ਾਰੀ ਹੈਗੀ ਆ, ਤਾਂ ਕਿਆ ਤੁਸੀਂ ਉਸ ਨਾਲ ਸਹਿਮਤ ਹੈਗੇ ਕਿ ਉਹ ਸਫੀਸ਼ੀਐਂਟ ਹੈਗੀ ਹੈ ਜੋ ਇੱਕ ਵਿਰੋਧੀ ਧਿਰ ਨੂੰ ਕਰਨਾ ਚਾਹੀਦਾ? ਉਹ ਉਹਨਾਂ ਦੇ ਹੁਣ ਤੱਕ 30 ਸਾਲ ਤਾਂ ਉਹਨਾਂ ਦਾ ਵਿਰੋਧੀ ਧਿਰ ਦਾ ਨੇਤਾ ਉਹਨੇ ਚੁਣ ਲਿਆ, ਪਹਿਲਾਂ ਫੂਲਕਾ ਲਾਇਆ, ਫਿਰ ਖਹਿਰਾ ਲਾਇਆ, ਹੁਣ ਹਰਪਾਲ ਸਿੰਘ ਚੀਮਾ ਜੀ ਲਾਏ ਹੋਏ ਆ, ਔਰ ਫੂਲਕਾ ਨੇ ਆਪ ਰਿਜ਼ਾਈਨ ਦਿੱਤਾ ਸੀਗਾ. ਰਿਜ਼ਾਈਨ ਦੇਣ ਦਾ ਵੀ ਉਹਦਾ ਲੋਜਿਕ ਨਹੀਂ ਸੀਗਾ. ਬਾਅਦ ਚ ਸੁਪਰੀਮ ਕੋਰਟ ਨੇ ਉਸ ਗੱਲ ਨੂੰ ਵੀ ਕਹਿ ਦਿੱਤਾ ਸੀਗਾ ਵੀ ਲੋੜ ਨਹੀਂ ਹੈਗੀ, ਬੰਦਾ ਕਰ ਸਕਦਾ ਹੈਗਾ ਕਿਤੇ ਵੀ, ਹੈ ਨਾ, ਇਸ ਸਮੇਂ ਵਰਗ. ਉਹ ਕਹਿੰਦਾ ਪ੍ਰੈਕਟਿਸ, ਉਹ ਚਲਾ ਗਿਆ, ਫਿਰ ਉਹ ਬੀਜੇਪੀ ਦੇ ਗੁਣ ਗਾਣ ਲੱਗ ਪਿਆ, ਕਦੇ ਉਹ ਕਾਂਗਰਸ ਦੇ ਗੁਣ ਗਾਣ ਲੱਗ ਪੈਂਦਾ, ਕਦੇ ਉਹ ਕਹਿੰਦਾ ਇਸ ਤਰ੍ਹਾਂ, ਕਦੇ ਉਸ ਤਰ੍ਹਾਂ. ਇੱਕ ਗੱਲ, ਫਿਰ ਆ ਗਿਆ ਖਹਿਰਾ. ਖਹਿਰਾ ਨੂੰ ਖਹਿਰਾ ਲੋਕਾਂ ਨੂੰ ਲੱਗ ਰਿਹਾ ਸੀਗਾ ਵੀ ਠੀਕ ਹੈ, ਆਪਣੀ ਵਿਰੋਧੀ ਧਿਰ ਦੇ ਤੌਰ ਤੇ ਮਤਲਬ ਆਪਣਾ ਵਰਕ ਕਰ ਰਿਹਾ ਹੈਗਾ. ਫਿਰ ਉਹ ਕੀ ਕਾਰਨ ਬਣਿਆ ਹੈਗਾ ਜਿਹਦੇ ਕਰਕੇ ਖਹਿਰਾ ਨੂੰ ਲਾ ਦਿੱਤਾ ਗਿਆ? ਕਿਹੜੀਆਂ ਪ੍ਰੋਬਲਮਸ ਆ ਗਈਆਂ ਸੀਗੀਆਂ? ਲੋਕਾਂ ਦੱਸਣਾ ਚਾਹੀਦਾ ਜੇ ਲੋਕਾਂ ਨਾਲ ਸੰਬੰਧਿਤ ਤੁਸੀਂ ਵੋਟ ਮੰਗਦੇ ਹੈਗੇ, ਨਹੀਂ ਦੱਸਿਆ ਗਿਆ, ਉੱਥੇ ਫਿਰ ਡਿਸਪਿਊਟ ਖੜਾ ਹੋ ਗਿਆ ਇਹਨਾਂ ਦਾ. ਠੀਕ ਹੈ ਜੀ, ਫਿਰ ਚੀਮਾ ਜੀ ਨੂੰ ਲਾਤਾ, ਹੁਣ ਚੀਮਾ ਜੀ ਨੂੰ ਲਾਤਾ ਹੈਗਾ, ਹੁਣ ਵੀ ਇਹਨਾਂ ਨੇ ਕੋਈ ਜਿਹੜੀ ਭੂਮਿਕਾ ਹੈਗੀ ਆ, ਹੁਣ ਤੱਕ ਇਹਨਾਂ ਨੇ ਕਿੰਨੀ ਕੁ ਮਤਲਬ ਜਿਹੜੀ ਹੈਗੀ ਉਹ ਨਿਭਾ ਰਹੇ ਨੇ ਅੱਛੀ ਇੱਕ ਵਿਰੋਧੀ ਧਿਰ ਦੀ? ਦੱਸੋ ਜੀ, ਗੱਲ ਇਹ ਹੈਗੀ ਆ ਵੀ ਤੁਹਾਡੀ ਕਾਰਗੁਜ਼ਾਰੀ ਕੀ ਰਹੀ ਆ, ਤੁਹਾਡਾ ਸਟੈਂਡ ਕੀ ਹੈਗਾ ਉਹ ਦੱਸੋ. ਇਹ ਨਹੀਂ ਵੀ ਤੁਸੀਂ ਰੂਲ ਕਰੋਗੇ ਜਾਂ ਤੁਸੀਂ, ਅੱਛਾ ਜੇ ਤੁਸੀਂ ਵਿਰੋਧੀ ਧਿਰ ਦੇ ਹੁੰਦੇ ਹੋਏ ਵੀ ਲੋਕਾਂ ਨਾਲ ਇਮਾਨਦਾਰੀ ਨਾਲ ਨਹੀਂ ਵਿਚਰ ਰਹੇ ਹੈਗੇ, ਇਹਦਾ ਮਤਲਬ ਰੂਲਿੰਗ ਉਹਦੇ ਵਿੱਚ ਆ ਜਾਓਗੇ, ਪੋਜੀਸ਼ਨ ਵਿੱਚ ਆ ਜਾਓਗੇ, ਫਿਰ ਤਾਂ ਤੁਸੀਂ ਲੋਕਾਂ ਦਾ ਉਹਦੇ ਨਾਸ ਮਾਰ ਦੋਗੇ, ਤੁਹਾਡੇ 'ਚ ਮਤਲਬ ਇੰਨੀ ਬੇਅਕਲੀ ਆ ਤੁਹਾਡੇ ਵਿੱਚ. ਹਾਂਜੀ, ਭਗਵੰਤ ਮਾਨ 'ਚ ਕੀ ਕੈਰੇਕਟਰ ਹੈਗਾ ਉਹਦਾ ਦੱਸੋ? ਸਭ ਤੋਂ ਵੱਡਾ ਲੀਡਰ ਇਸ ਟਾਈਮ ਪੰਜਾਬ ਦੇ ਵਿੱਚ ਭਗਵੰਤ ਮਾਨ, ਜਦੋਂ ਬਲਵੀਰ ਜਿਹੜਾ ਲਾਇਆ ਸੀਗਾ ਪੰਜਾਬ ਦਾ ਪ੍ਰਧਾਨ, ਉਹਨੂੰ ਜਦੋਂ ਲਾਇਆ ਹੈਗਾ ਭਗਵੰਤ ਮਾਨ ਨੂੰ, ਫਿਰ ਲਾਇਆ ਹੈਗਾ, ਉਹ ਕੀ ਕਾਰਨ ਕੀ ਬਣਦਾ ਹੈਗਾ ਉਹਨਾਂ ਲਾਉਣ ਵਾਸਤੇ? ਜਿਹੜਾ ਇੱਕ ਬਣਾਇਆ ਸੀਗਾ ਲੋਕਾਂ ਨੂੰ ਪੁੱਛ ਕੇ ਤਾਂ ਕਿਤੇ ਜਾਊਗਾ, ਉਹ ਕਿੱਥੇ ਗਿਆ ਇਹਨਾਂ ਦਾ ਥਾਟ? ਜੀ ਸਰ, ਮੈਂ ਸਮਝ ਰਹੀ ਹਾਂ ਸਰ, ਪਰ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਜਿਵੇਂ ਕਿ ਭਗਵੰਤ ਮਾਨ ਜੀ ਜਿਸ ਏਰੀਏ 'ਚ ਰਹਿੰਦੇ ਨੇ ਸਰ, ਉੱਥੇ ਦੇ ਵੀ ਕਾਫੀ ਹੱਦ ਤੱਕ ਲੋਕ ਇਹੀ ਕਹਿੰਦੇ ਨੇ ਕਿ ਉਹ ਕਾਫੀ ਅੱਛੇ ਨੇ ਤੇ ਉਹ ਲੋਕਾਂ ਦੀ ਹੈਲਪ ਕਰਦੇ ਨੇ, ਇੱਥੇ ਤੱਕ ਕਿ ਉਹ ਘਰ ਘਰ ਤੱਕ ਵੀ ਜਦੋਂ ਜਿਵੇਂ ਕਿ ਇਲੈਕਸ਼ਨ ਫਿਨਿਸ਼ ਹੋਣ ਤੋਂ ਬਾਅਦ ਉਹ ਘਰ ਘਰ ਜਾ ਕੇ ਵੀ ਲੋਕਾਂ ਦਾ ਹਾਲ ਚਾਲ ਪੁੱਛਦੇ ਨੇ. ਨਹੀਂ, ਹਾਲ ਚਾਲ ਪੁੱਛਣ ਮੈਨੂੰ ਫੋਨ ਫੜਾ ਦਿਓ, ਮੈਂ ਸਾਰਿਆਂ ਦਾ ਪੁੱਛੀ ਜਾਂਦਾ ਪੰਜਾਬ ਦੇ ਵਿੱਚ ਅਲੱਗ ਅਲੱਗ ਲੋਕਾਂ ਜਿਹੜਾ ਨੰਬਰ ਹੈਗੇ ਮੇਰੇ, ਉਹਦੇ ਨਾਲ ਕੀ ਹੋ ਜਾਂਦਾ ਲੋਕਾਂ ਨੂੰ ਕੀ ਫਰਕ ਪੈਣਾ ਉਹਦੇ ਨਾਲ ਵਿਚਾਰਿਆਂ ਨਾਲ? ਭੁੱਖੇ ਨੂੰ ਪਾਈ ਬਾਤ, ਕਹਿੰਦਾ ਰੋਟੀ, ਹੁਣ ਤਾਂ ਰੋਟੀ ਦਾ ਮਤਲਬ ਹੈਗਾ ਉਹਨੂੰ ਹਾਲ ਚਾਲ ਕੀ ਦੱਸੀ? ਤੇ ਜਿਹੜਾ ਉਹਨੇ ਪਿੰਡ ਅਡਾਪਟ ਕੀਤਾ ਸੀਗਾ ਆਪਣਾ, ਉਹਦੇ ਬਾਰੇ ਉਹਨੇ ਹਜੇ ਤੱਕ ਕੀ ਕਰ ਲਿਆ ਹੈਗਾ? ਉਹ ਵੀ ਤਾਂ ਆਈਆਂ ਹੀ ਹੈਗੇ ਸੋਸ਼ਲ ਮੀਡੀਆ ਦੇ ਵਿੱਚ ਖਬਰਾਂ. ਹਾਂਜੀ, ਹੈਂ, ਨਹੀਂ ਇਹ ਕੋਈ ਹੈ ਨਹੀਂ ਬੱਚੇ, ਕੋਈ ਇੱਕ ਮੈਨੂੰ ਸਟਰੋਂਗ ਜਿਹਾ ਮੈਨੂੰ ਇੱਕ ਕਾਰਨ ਦੱਸ ਵੀ ਮੈਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਆਪਣੇ ਹਲਕੇ ਵਿੱਚ ਵੋਟ ਪਾ ਸਕਾਂ.
ਇੱਕ ਦੱਸ ਪੁੱਤਰਾ, ਇੱਕ ਦੱਸ ਮੈਨੂੰ, ਕਿਉਂਕਿ ਇਹ ਇਹ ਜਿਹੜੀ ਤੇਰੀ ਮੇਰੇ ਨਾਲ ਗੱਲ ਹੋ ਰਹੀ ਹੈ ਨਾ, ਹਾਂਜੀ ਹਾਂਜੀ, ਮੈਂ ਇਹਨੂੰ ਵਾਇਰਲ ਕਰਨਾ ਹੈਗਾ ਸੋਸ਼ਲ ਮੀਡੀਆ ਤੇ। ਹਾਂਜੀ ਹਾਂ, ਇਸ ਕਰਕੇ ਮੈਨੂੰ ਇੱਕ ਕਾਰਨ ਦੱਸ ਸਟਰੋਂਗ ਜਿਹਾ, ਤਾਂ ਕਿ ਮੈਨੂੰ ਪਤਾ ਲੱਗੇ, ਲੋਕਾਂ ਨੂੰ ਪਤਾ ਲੱਗੇ ਮੇਰੇ ਕੁਆਸ਼ਚਨ ਜਿਹੜੇ ਹੈਗੇ, ਜਿਹਨਾਂ ਚ ਕੋਈ ਤੈਨੂੰ ਗਲਤ ਲੱਗਦਾ ਹੈਗਾ ਤੂੰ ਉਹ ਦੱਸ ਦੇ ਵੀ ਹਾਂ ਗਲਤ ਸੀਗਾ ਅੰਕਲ ਜੀ। ਹਾਂ, ਜ਼ਿੰਮੇਵਾਰ ਉਹਦੇ ਤੇ ਬੈਠੀ ਹੈ, ਆਪਣੇ ਤੈਨੂੰ ਅਪੁਆਇੰਟ ਕੀਤਾ ਹੈਗਾ, ਤੁਸੀਂ ਲੋਕਾਂ ਨਾਲ ਰਾਬਤਾ ਕਰ ਰਹੇ ਨੇ, ਲੋਕਾਂ ਨੂੰ ਤੁਸੀਂ ਸਮਝਾ ਰਹੇ ਨੇ, ਮੈਨੂੰ ਦੱਸ ਇੱਕ ਕੁਆਸ਼ਚਨ ਦੱਸ ਵੀ ਆਹ ਇੱਕ ਸਟਰੋਂਗ ਰੀਜ਼ਨ ਹੈਗਾ ਜਿਹਦੇ ਕਰਕੇ ਮੈਂ ਆਪ ਨੂੰ ਵੋਟ ਐਜ਼ ਏ ਵੋਟਰ ਪਾਵਾਂ। ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ ਜੀ, ਮੈਂ ਪੰਜਾਬ ਦੇ ਹਿੱਤ ਵਾਸਤੇ ਕਹਿ ਰਿਹਾ, ਸਿਰਫ ਪੰਜਾਬ ਦੇ ਹਿੱਤ ਸੋਚਦਾ ਮੈਂ ਤਾਂ ਪਹਿਲਾਂ ਜੀ ਜੀ ਸਰ। ਮੈਂ ਵੀ ਲੋਕਾਂ ਨੂੰ ਫਿਰ ਮੈਂ ਕਹਿ ਸਕਾਂ ਵੀ ਠੀਕ ਹੈ ਯਾਰ ਆਹ ਗੱਲ ਸਹੀ ਹੈਗੀ ਹੈ, ਮੈਨੂੰ ਵੀ ਲੱਗਦੀ ਹੈਗੀ ਹੈ, ਤੇ ਤੁਸੀਂ ਵੀ ਜੇ ਤੁਹਾਨੂੰ ਲੱਗਦੀ ਤੁਸੀਂ ਮੰਨ ਗਏ, ਮੈਨੂੰ ਦੱਸੋ ਤੁਸੀਂ ਇੱਕ ਕਾਰਨ ਦੱਸ ਦਿਓ ਜੀ। ਨਹੀਂ ਸਰ, ਮੇਰੇ ਪੁਆਇੰਟ ਆਫ ਵਿਊ ਦੇ ਨਾਲ ਹਲੇ ਕੋਈ ਵੀ ਇਵੇਂ ਸਟਰੋਂਗ ਆਪਸ਼ਨ ਨਹੀਂ, ਸਟਰੋਂਗ ਪੁਆਇੰਟ ਨਹੀਂ ਹੈਗਾ ਮੇਰੇ ਵਿਊ ਨਾਲ। ਬਸ ਫਿਰ ਇਹਨਾਂ ਨੂੰ ਤੁਸੀਂ ਫੀਡਬੈਕ ਦਿਓ ਪਹਿਲਾਂ ਤਾਂ, ਕਿ ਜਦੋਂ ਵੋਟਰ ਸਾਡੇ ਨਾਲ ਗੱਲ ਕਰਦਾ ਹੈਗਾ ਸਾਡੇ ਕੋਲ ਖੁਦ ਕੋਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਪੁਆਇੰਟ ਨਹੀਂ ਹੈਗਾ। ਇਹ ਗੱਲ ਵੀ ਤੇਰੀ ਅੱਛੀ ਹੈ ਬੱਚੇ, ਤੂੰ ਜੋ ਆਂਸਰ ਦਿੱਤਾ ਓਨੈਸਟੀ ਦਿੱਤਾ, ਇਮਾਨਦਾਰੀ ਦਿੱਤਾ ਹੈਗਾ, ਗੁੱਡ ਜ਼ਿੰਦਗੀ ਚ ਹਮੇਸ਼ਾ ਇਸ ਤਰ੍ਹਾਂ ਹੀ ਵਰਕ ਕਰੋ ਜੀ। ਹਾਂ, ਪਿਛਲਾ ਬਣ ਕੇ ਕਦੇ ਨਾ ਸੋਚੋ, ਆਪਣੇ ਦਿਮਾਗ ਨਾਲ ਸੋਚੋ, ਇਹ ਇਹ ਬਹੁਤ ਜ਼ਰੂਰੀ ਹੈ ਇਨਸਾਨ ਦਾ। ਗੁਰਪਿਆਰਿਓ, ਪਾਰਟੀ ਕੋਈ ਵੀ ਹੋਵੇ, ਜਥੇਬੰਦੀ ਕੋਈ ਵੀ ਹੋਵੇ, ਧੜੇਬੰਦੀ ਕੋਈ ਵੀ ਹੋਵੇ, ਸਿਰਫ ਤੇ ਸਿਰਫ ਜ਼ਮੀਨੀ ਹਕੀਕਤ ਦੇ ਉੱਤੇ ਕੰਮ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਜੇਕਰ ਤੁਸੀਂ ਕੋਈ ਕੰਮ ਕੀਤਾ ਹੀ ਨਹੀਂ ਤਾਂ ਲੋਕ ਤੁਹਾਨੂੰ ਵੋਟਾਂ ਕਿਉਂ ਪਾਉਣ? ਪਰ ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਇੱਕ ਤੀਜੀ ਧਿਰ ਸਾਹਮਣੇ ਖੜ੍ਹੀ ਹੋਈ ਨਜ਼ਰ ਆ ਰਹੀ ਹੈ, ਜਿਹਨੂੰ ਅਸੀਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਜੋਂ ਜਾਣਦੇ ਹਾਂ। ਹੁਣ ਵੇਖਣਾ ਇਹ ਹੋਵੇਗਾ, ਆਮ ਆਦਮੀ ਪਾਰਟੀ ਜੋ 13 ਦੀਆਂ 13 ਸੀਟਾਂ ਦੇ ਉੱਤੇ ਕਾਬਜ਼ ਹੋਣ ਦਾ ਦਾਅਵਾ ਕਰਦੀ ਹੈ, ਅਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਜੋ 13 ਦੀਆਂ 13 ਸੀਟਾਂ ਉੱਤੇ ਕਾਬਜ਼ ਹੋਣ ਦੀ ਗੱਲ ਕਹਿ ਰਹੀ ਹੈ, ਅਤੇ ਤੀਸਰੇ ਪਾਸੇ ਅਕਾਲੀ ਭਾਜਪਾ ਗੱਠਬੰਧਨ, ਇਹਨਾਂ ਧਿਰਾਂ ਦੀ ਟੱਕਰ ਦੇ ਵਿੱਚ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਆਪਣੀ ਸ਼ਾਖ ਬਚਾ ਪਾਉਂਦਾ ਹੈ ਜਾਂ ਨਹੀਂ ਬਚਾ ਪਾਉਂਦਾ, ਜਾਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਇਹਨਾਂ ਤਿੰਨਾਂ ਨੂੰ ਹੀ ਠੰਡੇ ਪਾਸੇ ਪਾ ਜਾਂਦਾ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।